ਜੀ ਨੇ ਸਗੋਂ ਅੱਗੇ ਹੌਸਲਾ ਦਿੱਤਾ ਮੰਮੀ ਨੂੰ। ਮੈਂ ਦੱਸਣ ਦੀ ਵੀ ਕਹਿੰਦੇ ਵੀ ਗੌਰਵ ਦਾ ਕਿੱਦਾਂ ਕਰਨਾ। ਮੈਂ ਕਿਹਾ ਗੌਰਵ ਦਾ ਹੁਣ ਪੈਸਾ ਧੇਲਾ ਕੋਈ ਹੋਊ, ਫਿਰ ਹੀ ਆਂਦਾ ਵੀ ਕੋਈ ਨੀ ਤੁਸੀਂ ਬਣਾਓ, ਆਹੋ ਤੇ ਲੱਖ ਫਿਰ 1.5 ਲੱਖ ਮੈਂ ਦੇ ਦੂੰਗਾ। ਇਹੋ ਤਾਂ ਤੈਨੂੰ ਮੈਂ ਵੱਢਦੀ ਸੀ, ਜਿਹੜੀ ਹਾਦਰੀ ਲੁਤਰੀ ਚੱਲਦੀ ਆ ਨਾ, ਤੂੰ ਇਹੋ ਤਾਂ ਜੀਭ ਅੰਦਰ ਰੱਖਦੀ ਤੇ ਸਾਰਾ ਕੁਛ ਸਹੀ ਹੋਣਾ ਸੀ। ਤੂੰ ਤੇ ਦਾਤਰੀ ਲੈ ਕੇ ਤੇ ਸਾਰੇ ਰਿਸ਼ਤੇਦਾਰਾਂ 'ਚ ਐਂ ਫਿਰ ਗਈ ਆ। ਮੇਰੇ ਦਿਮਾਗ 'ਚ ਗੱਲ ਆਉਂਦੀ ਆ ਕਿਹਦੀ, ਵੀ ਕਿਉਂ ਨਾ ਆਪਾਂ ਸੁੱਖ ਦਾ ਰਿਸ਼ਤਾ ਉੱਥੇ ਹੀ ਕਰ ਦਈਏ। ਕਿੱਥੇ? ਅਮਨ ਨਾਲ।